ਕੋਈ ਕਹਿੰਦਾ ਮੈਂ ਮੂਸੇਵਾਲ ਦਾ ਫੈਨ ਆ ਤੇ ਕੋਈ ਕਹਿੰਦਾ ਖੰਟ ਵਾਲੇ ਦਾ ਕੋਈ ਕਹਿੰਦਾ ਮੈਂ ਮੂਸੇਵਾਲ ਦਾ ਫੈਨ ਆ ਤੇ ਕੋਈ ਕਹਿੰਦਾ ਖੰਟ ਵਾਲੇ ਦਾ ਕੰਮ ਧੰਦਾ ਕੋਈ ਕਰਨਾ ਨਹੀਂ ਕਰਾਇਆ ਹੁੰਦਾ ਨਹੀਂ ਪਿੰਡੋਂ ਪਟਿਆਲੇ ਦਾ ਫੈਨ ਹੋਣਾ ਗਲਤ ਗੱਲ ਨਹੀਂ ਪਰ ਚੰਗੀ ਗੱਲ ਨਹੀਂ ਲੜਨਾ ਫੈਨ ਹੋਣਾ ਗਲਤ ਗੱਲ ਨਹੀਂ ਪਰ ਚੰਗੀ ਗੱਲ ਨਹੀਂ ਲੜਨਾ ਐਨੀ ਮਹਿੰਗਾਈ ਦੇ ਵਿੱਚ ਭਰਾਵੋ ਕੰਮ ਵੜਾ ਨਹੀਂ ਸਰਨਾ ਇੱਕ ਦੂਜੇ ਦੀਆਂ ਧੀਆਂ ਪੈਣਾ ਇੱਕ ਕਰਨੀਆਂ ਪੋਸਟਾਂ ਪਾ ਕੇ ਇੱਕ ਦੂਜੇ ਦੀਆਂ ਧੀਆਂ ਪੈਣਾ ਇੱਕ ਕਰਨੀਆਂ ਗਲਤ ਗੱਲ ਐ ਖੁਦ ਨੂੰ ਸਮਝਾਉਣਾ ਪੈਣਾ ਪਰ ਇੱਕ ਗੱਲ ਸੱਚ ਦੱਸਦਾ ਆਪਣੇ ਘਰੇ ਸਿਲੰਡਰ ਤੁਹਾਨੂੰ ਆਪ ਭਰਉਣਾ ਪੈਣਾ ਆਪਣੇ ਘਰੇ ਸਿਲੰਡਰ ਤੁਹਾਨੂੰ ਆਪ ਭਰਉਣਾ ਪੈਣਾ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ ਆਪਣਾ ਚੁੱਲ੍ਹਾ ਆਪ ਬਖਾਉਣਾ ਪੈਣਾ ਆਪਣੇ ਘਰੇ ਸਿਲੰਡਰ ਤੁਹਾਨੂੰ ਆਪ ਭਰਉਣਾ ਪੈਣਾ ਮੇਰਾ ਕੰਮ ਸਮਝਾਉਣਾ ਸੀ ਅੱਗੇ ਤੁਹਾਡੀ ਮਰਜ਼ੀ ਚੰਗੇ ਕੰਮਾਂ ਵਿੱਚ ਲਾ ਲਓ ਯਾਰ ਆਪਣੀ ਇਹ એનર્ਜੀ ਇੱਕ ਦੂਜੇ ਦੀ ਲੜਾਈ ਵਿੱਚ ਬੋਈਆ ਨਾ ਤੜਵਾਈਏ ਇੱਕ ਦੂਜੇ ਦੀ ਲੜਾਈ ਵਿੱਚ ਬੋਈਆ ਨਾ ਤੜਵਾਈਏ ਆਜੋ ਆਪਾਂ ਆਪਣੀ એનર્ਜੀ ਚੰਗੇ ਕੰਮਾਂ ਵਿੱਚ ਲਾਈਏ ਜੇ ਢੋਲੀ ਵਿੱਚ ਦਾਣੇ ਦੇਖਣੇ ਨਾ ਕਰੇ ਤਾਂ ਹੱਥ ਹਿਲਾਉਣਾ ਪੈਣਾ ਜੇ ਢੋਲੀ ਵਿੱਚ ਦਾਣੇ ਪਾਉਣੇ ਆ ਤਾਂ ਹੱਥ ਹਿਲਾਉਣਾ ਪੈਣਾ ਆਪਣੇ ਘਰੇ ਸਿਲੰਡਰ ਤੁਹਾਨੂੰ ਆਪ ਭਰਉਣਾ ਪੈਣਾ ਇਹ ਗੱਲ ਸੱਚ ਹੈ ਆਪਣੇ ਘਰੇ ਸਿਲੰਡਰ ਤੁਹਾਨੂੰ ਆਪ ਭਰਉਣਾ ਪੈਣਾ ਤੁਹਾਨੂੰ ਕਿਸੇ ਨੂੰ ਕੁਝ ਨਹੀਂ ਦੇਣਾ ਆਪਣਾ ਚੁੱਲਾ ਆਪ ਬਖਾਉਣਾ ਪੈਣਾ। ਆ ਥੋੜੇ ਦਿਨਾਂ ਤੋਂ ਬਿਵਾਦ ਚੱਲ ਰਿਹਾ ਫੇਸਬੁੱਕ ਤੇ ਨਾ। ਇੱਕ ਦੂਜੇ ਦੇ ਫੈਨ ਇੱਕ ਦੂਜੇ ਦੀਆਂ ਧੀਆਂ ਪੈਣਾ ਇੱਕ ਕਰ ਰਹੀਆਂ ਕਰ ਰਹੇ ਨੇ। ਗਲਤ ਗੱਲ ਹੈ ਯਾਰ। ਹੋ ਸਕਦਾ ਦੋਨੋਂ ਆਪਣੀ ਜਗ੍ਹਾ ਸਹੀ ਹੋਣ। ਨਾਲੇ ਕਈ ਕਈ ਲੱਖ ਲੈਂਦੇ ਨੇ ਯਾਰ ਅਗਲੇ। ਠੀਕ ਹੈ। ਉਹ ਆਪਣੇ ਦੇ ਹਾਸੇ ਹੋਣਗੇ ਕਹਣਗੇ ਯਾਰ ਇਹ ਫੈਨ ਦੇਖੋ ਇੱਕ ਦੂਜੇ ਨੂੰ ਕਿਵੇਂ ਅੰਨੇ ਭਗਤ ਨਾ ਬਣਿਆ ਕਰੋ ਯਾਰ। ਕਿਉਂ ਇੱਕ ਦੂਜੇ ਦੀ ਧੀ ਭੈਣ ਇੱਕ ਕਰੀਆ ਹਨਾ ਗੋਲਾਂ ਕੱਢੀਆਂ ਜੀ ਆਪਣੀ ਜਗ੍ਹਾ ਦੋਨੋਂ ਸਹੀ ਨੇ ਹਨਾ ਅਗਲੇ ਮਿਹਨਤ ਕਰਕੇ ਗਏ ਨੇ ਯਾਰ ਦੋਨੋਂ ਅੰਦਰ ਅੰਦਰਲੀ ਲੜਾਈ ਖਬਰ ਆ ਕੀ ਆ ਅਗਲੇ ਦੀ ਹਨਾ ਤੇ ਨਾਲੇ ਹੁਣ ਡਰਾਮੇ ਬਾਜ਼ੀਆਂ ਬਾਲੀਆਂ ਹੋ ਗਈਆਂ ਯਾਰ ਹਨਾ ਕਲਾਕਾਰ ਆਪ ਦੇ ਵਿੱਚ ਵੈਸੋ ਵੈਸੀ ਬਹੁਤ ਹੋਣ ਲੱਗੇ ਤੁਹਾਡਾ ਕੰਮ ਬੋਲਣਾ ਚਾਹੀਦਾ ਸਚਨ ਤੰਦੂਲ ਕਰਦਾ ਜਿਵੇਂ ਬੱਲਾ ਬੋਲਦਾ ਹੁੰਦਾ ਸੀ ਨਾ ਸਚਨ ਤੰਦੂਲ ਕਰ ਦੇ ਵਿੱਚ ਇੱਕ ਬਹੁਤ ਵੱਡੀ ਸਪੋਰਟਸਮੈਨਸ਼ਿਪ ਸੀਗੀ ਅੱਜ ਤੱਕ ਉਹ ਮੂੰਹੋਂ ਨਹੀਂ ਬੋਲਿਆ ਬੇਸ਼ੱਕ ਉਹਨੂੰ ਗਲਤ ਆਡ ਵੀ ਦਿੱਤਾ ਗਿਆ ਹੋਵੇ ਪਹਿਲਾ ਬੰਦਾ ਜਿਹੜਾ ਪਵਿਲਨ ਚੋਂ ਵਾਪਸ ਬੁਲਾਇਆ ਸੀਗਾ ਸਿਰਫ ਨਿਮਰਤਾ ਹਲੀਮੀ ਕਰਕੇ ਕਿ ਨਹੀਂ ਇਹਦੀ ਸਪੋਰਟਸਮੈਨਸ਼ਿਪ ਨੂੰ ਧਿਆਨ ਚ ਰੱਖਦੇ ਹੋਏ ਸਚਨ ਦਾ ਬੱਲਾ ਬੋਲਦਾ ਹੁੰਦਾ ਸੀ ਤੇ ਕੰਮ ਬੋਲਣੇ ਚਾਹੀਦੇ ਨੇ ਟੈਲੈਂਟ ਬੋਲਣਾ ਚਾਹੀਦਾ ਤੇ ਫੈਨ ਨੇ ਜਿਹੜੇ ਦਿਲੋਂ ਤੁਸੀਂ ਮੈਂ ਮੰਨਦਾ ਯਾਰ ਗਰੀਬ ਬੰਦਾ ਵੀ ਹੁੰਦਾ ਹਨਾ ਪਰ ਆਪ ਕੰਮ ਧੰਦਾ ਕੋਈ ਕਰਨਾ ਨਹੀਂ ਯਾਰ ਹਨਾ ਘਰੇ ਕਲੇਸ਼ ਪੈਣਾ ਘਰੇ ਮਾਂ ਨੇ ਗਾਣਾ ਕੱਢਣਿਆ ਹਨਾ ਵੀ ਤੂੰ ਕੰਮ ਨਹੀਂ ਕਰਦਾ ਫਿਰ ਫੋਕੇ ਫੈਨ ਕਹਦੇ ਯਾਰ ਫੈਨ ਤੁਸੀਂ ਦਿਲੋਂ ਬਸ ਰਹੋ ਚੁੱਪਾ ਹਨਾ ਚੁੱਪਚਾਪ ਰਹੋ ਠੀਕ ਹੈ ਨਾ ਲੜਿਆ ਕਰੋ ਮੇਰੇ ਵੀਰੋ ਫਿਰ ਬਾਅਦ ਵੀ ਕਹਿਣਾ ਕਿ ਆਪਣੇ ਘਰੇ ਸਿਲੰਡਰ ਤੁਹਾਨੂੰ ਆਪ ਭਰਉਣਾ ਪੈਣਾ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ ਆਪਣਾ ਚੁੱਲਾ ਆਪ ਪਖਾਉਣਾ ਪੈਣਾ ਹੈ ਹਨਾ ਧੰਨਵਾਦ ਹੱਸਦੇ ਖੇਡਦੇ ਰਿਆ ਕਰੋ ਸਾਰੇ ਕੋ ਜੇ ਨੇ ਇਹ ਪਹਿਲਾਂ ਵੀ ਮੈਂ ਕਹਿਣਾ ਹੁੰਦਾ ਕਿ ਟਾਈਮ ਨੇ ਖਬਰਾਂ ਕਦੋਂ ਕੀ ਦਾ ਆ ਜਾਵੇ ਹਨਾ ਜਾਂਦੇ ਵਾਸਤੇ